ਡਾਕਟਰ ਅਮਿਤ ਸੂਰ ਤੋਂ ਹਰਨੀਆ ਦਾ ਆਪਰੇਸ਼ਨ ਕਰਾਇਆ ਹੈ। 2 ਸਾਲ ਤੋਂ ਮੈਂ ਇਸ ਬਿਮਾਰੀ ਨਾਲ ਪੀੜਤ ਸੀ। ਹੁਣ ਆਪਰੇਸ਼ਨ ਤੋਂ ਬਾਅਦ ਮੈਂ ਕਾਫੀ ਅੱਛੀ ਤਰ੍ਹਾਂ ਨਾਲ ਚੱਲ ਫਿਰ ਖਾ ਸਕਦੀ ਹਾਂ। ਹੁਣ ਮੋਗਾ ਵਿਖੇ ਇਹਨਾਂ ਦੀ ਇੱਕ ਬਹੁਤ ਵੱਡੀ ਸੰਸਥਾ ਬਣ ਜਾ ਰਹੀ ਹੈ। ਮੇਰਾ ਨਾਮ ਸੁਨੀਤਾ ਹੈ, ਮੈਂ ਚੜੈਕ ਦੇ ਰਹਿਣ ਵਾਲੀ ਹਾਂ। ਮੈਂ ਆਪਣਾ ਡਾਕਟਰ ਅਮਿਤ ਸੂਰ ਤੋਂ ਹਰਨੀਆ ਦਾ ਆਪਰੇਸ਼ਨ ਕਰਾਇਆ ਹੈ, ਜੋ ਕਿ ਬਹੁਤ ਚੰਗੀ ਤਰੀਕੇ ਨਾਲ ਸਫਲ ਹੋ ਚੁੱਕਿਆ ਹੈ। ਹੁਣ ਮੈਨੂੰ ਇਸ ਟਾਈਮ ਹਰਨੀਆਂ ਦੀ ਕੋਈ ਦਿੱਕਤ ਨਹੀਂ ਹੈ। 2 ਸਾਲ ਤੋਂ ਮੈਂ ਇਸ ਬਿਮਾਰੀ ਨਾਲ ਪੀੜਤ ਸੀ, ਬਹੁਤ ਸਾਰੀਆਂ ਦਵਾਈਆਂ ਲਈਆਂ, ਬਹੁਤ ਥਾਈਂ ਜਾ ਕੇ ਆਪਣਾ ਟ੍ਰੀਟਮੈਂਟ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਕਿਤੇ ਵੀ ਸੈਟਿਸਫਾਈ ਨਹੀਂ ਹੋਈ। ਜਿਵੇਂ ਕਿ ਮੇਰੀਆਂ ਹਰਨੀਆਂ ਬਹੁਤ ਵੱਧ ਚੁੱਕੀਆਂ ਸੀ, ਮੇਰੀ ਸਰਜਰੀ 'ਤੇ ਕਾਫੀ ਟਾਈਮ ਲੱਗਿਆ, ਅਤੇ ਹੁਣ ਇਹਨਾਂ ਨੇ ਇੱਕ ਸਕਸੈਸਫੁਲੀ ਢੰਗ ਨਾਲ ਮੈਨੂੰ ਬਹੁਤ ਅੱਛੀ ਤਰ੍ਹਾਂ ਸਾਰੀ ਟੀਮ ਨੇ ਕੰਪਰੋਮਾਈਜ਼ ਕੀਤਾ। ਮੈਂ ਬਹੁਤ ਖੁਸ਼ ਹਾਂ। ਅੱਜ ਵੀ ਮੈਨੂੰ ਡਾਕਟਰ ਅਮਿਤ ਸੂਦ ਨੇ ਇਹੀ ਕਿਹਾ ਵੀ ਜਦੋਂ ਵੀ ਤੁਹਾਨੂੰ ਕੋਈ ਪ੍ਰੋਬਲਮ ਆਵੇ ਮੈਂ ਤੁਹਾਨੂੰ ਲਿਖ ਕੇ ਦੇਣ ਨੂੰ ਵੀ ਤਿਆਰ ਹਾਂ। ਹੁਣ ਆਪਰੇਸ਼ਨ ਤੋਂ ਬਾਅਦ ਮੈਂ ਕਾਫੀ ਅੱਛੀ ਤਰ੍ਹਾਂ ਨਾਲ ਚੱਲ ਫਿਰ ਖਾ ਸਕਦੀ ਹਾਂ। ਹੁਣ ਮੈਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ। ਸੋ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦੀ ਹਾਂ ਕਿ ਦੂਰ ਨੇੜੇ ਜਾਂਦੇ ਨਾ ਜਾਂਦੇ ਹੋਏ ਆਪਣੇ ਮੋਗਾ ਵਿੱਚ ਡਾਕਟਰ ਅਮਿਤ ਸੂਦ ਨੂੰ ਪਲੀਜ਼ ਇੱਕ ਵਾਰ ਜ਼ਰੂਰ ਮਿਲਿਓ। ਹੁਣ ਮੋਗਾ ਵਿਖੇ ਇਹਨਾਂ ਦੀ ਇੱਕ ਬਹੁਤ ਵੱਡੀ ਸੰਸਥਾ ਬਣ ਜਾ ਰਹੀ ਹੈ, ਜਿਸ ਵਿੱਚ ਇਹ ਸਾਰ ਤਰ੍ਹਾਂ ਦੀਆਂ ਸਰਜਰੀਆਂ ਕਰਨਗੇ, ਜਿਸ ਨਾਲ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ। ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਇੱਥੇ ਕੀਤਾ ਜਾਏਗਾ। ਸੋ ਪਲੀਜ਼ ਡਾਕਟਰ ਅਮਿਤ ਸੂਦ ਨੂੰ ਇੱਕ ਵਾਰ ਜ਼ਰੂਰ ਮਿਲੋ। ਮੈਂ ਡਾਕਟਰ ਅਮਿਤ ਸੂਦ ਜੀ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ। ਧੰਨਵਾਦ।